ਨਜਾਇਜ਼ ਸਬੰਧਾਂ ਨੇ ਉਜਾੜ ਦਿੱਤੇ ਦੋ ਘਰ, ਪਹਿਲਾਂ ਇਕੱਠਿਆਂ ਪੀਤੀ ਸ਼ਰਾਬ, ਫਿਰ ਕਰ ਦਿੱਤਾ ਸ਼ਖਸ ਦਾ ਕਤਲ। ਪਤਨੀ ਨਾਲ ਨਜਾਇਜ਼ ਸਬੰਧਾਂ ਦਾ ਸੀ ਸ਼ੱਕ। ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਹੁਸੈਨਪੁਰ ਦੇ ਵਿੱਚ ਹੋਏ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਦੇ ਮੁਤਾਬਕ ਇਹ ਕਤਲ ਨਜਾਇਜ਼ ਸਬੰਧਾਂ ਦੇ ਕਾਰਨ ਕੀਤਾ ਗਿਆ ਹੈ। ਦੱਸਦੀ ਹੈ ਕਿ 4 ਮਾਰਚ ਦੀ ਰਾਤ ਨੂੰ ਹੁਸੈਨਪੁਰ ਦੇ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਬਲਬੀਰ ਸਿੰਘ ਦੇ ਉਸਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਨੇ ਤੇ ਇਸ ਕਰਕੇ ਪਹਿਲਾਂ ਬਲਬੀਰ ਸਿੰਘ ਨਾਲ ਲਖਵਿੰਦਰ ਸਿੰਘ ਨੇ ਸ਼ਰਾਬ ਪੀਤੀ, ਫਿਰ ਰਾਤ ਨੂੰ 1:30 ਵਜੇ ਉਸਨੂੰ ਖੇਤਾਂ ਦੇ ਵਿੱਚ ਬੁਲਾ ਲਿਆ ਅਤੇ ਤੇਜ਼ ਧਾਰ ਹਥਿਆਰ ਦੇ ਨਾਲ ਬਲਬੀਰ ਸਿੰਘ ਦਾ ਕਤਲ ਕਰ ਦਿੱਤਾ। ਹੁਣ ਪੁਲਿਸ ਨੇ ਲਖਵਿੰਦਰ ਸਿੰਘ ਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਉੱਥੇ ਜਿਹੜਾ ਆਪਣਾ ਡਿਸੀਜ਼ ਬੰਦਾ ਹੈ ਬਲਬੀਰ, ਹੈ ਨਾ, ਉਹ ਕਬੀਰਪੁਰ ਥਾਣੇ ਦੇ ਵਿੱਚ ਇੱਕ ਹੁਸੈਨੀ ਵਾਲਾ ਬੁੱਲੇ ਪਿੰਡ ਹੈ, ਉੱਥੇ ਦਾ ਰਹਿਣ ਵਾਲਾ ਹੈ। ਉਹਦੀ ਇੱਕ ਪਰਸਨਲ ਐਨਮਿਟੀ ਤੁਸੀਂ ਕਹਿ ਸਕਦੇ ਹੋ, ਇੱਕ ਬੰਦੇ ਦੇ ਨਾਲ ਹੈ ਜਿਹੜਾ ਲਖਵੀਰ, ਹੈ ਨਾ, ਉਸਕੇ ਉਹਦੇ ਵਾਈਫ ਦੇ ਨਾਲ ਰਿਲੇਟਿਡ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦਾ ਜਿਸ ਬੰਦੇ ਨੇ ਮਾਰਿਆ ਲਖਵੀਰ ਨੇ ਉਹਦੀ ਨਾਲ ਇਲਿਸਿਟ ਰਿਲੇਸ਼ਨਸ਼ਿਪ ਸੀ। ਕੱਲ੍ਹ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ। 8:30 ਵਜੇ ਬਾਅਦ ਸ਼ਰਾਬ ਪੀ ਕੇ ਇਹ ਘਰ ਚਲਾ ਗਿਆ ਬੰਦਾ। ਉਹਨੇ ਦੁਬਾਰਾ ਇਹਨੂੰ ਬੁਲਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ, ਫਿਰ ਉੱਥੇ ਇਹ ਵਾਰਦਾਤ ਹੋਈ ਹੈ ਉਹਦੇ ਵਿੱਚ। ਤੋ ਇਨਕੀ ਪਰਸਨਲ ਇੰਟਿਮਿਟੀ, ਪੈਸੇ ਦਾ ਲੈਣ ਦੇਣ ਕਰਕੇ ਉਹ ਬੰਦੇ ਨੇ ਇਹਦਾ ਮਰਡਰ ਕਰਤਾ। ਇੱਕ ਕਿਸਾਨ ਜਥੇਬੰਦੀ, ਦੂਸਰਾ ਹੈ ਬੜਾ ਗਰੀਬ ਬੰਦਾ ਹੈ ਜਿਹਨੂੰ ਮਾਰਿਆ ਹੈ, ਹੈ ਨਾ, ਉਹ ਬੜਾ ਗਰੀਬ ਬੰਦਾ ਹੈ ਲੇਕਿਨ ਫਿਰ ਵੀ ਦੋਨੋ ਕੇ ਦੋਨੋ ਐਗਰੀਕਲਚਰਲ ਮਸਲੇ ਸੇ ਸੰਬੰਧਿਤ। ਜਿਹੜੇ ਕਿਸਾਨ ਉਹਦੀ ਫੈਮਿਲੀ ਬੈਕਗ੍ਰਾਉਂਡ ਚ, ਫੈਮਿਲੀ ਚ ਕੌਣ ਹੈ? ਫੈਮਿਲੀ ਦੇ ਵਿੱਚ ਇੱਥੇ ਲਖਵੀਰ ਦਾ ਜਿਹੜਾ ਬੰਦੇ ਨੇ ਮਾਰਿਆ ਉਹਦਾ ਇੱਕ ਲੜਕਾ ਹੈਗਾ, ਉਹ ਵੀ ਹੈ ਨਾਲ, ਉਹਦੇ ਇੱਕ ਉਸਕਾ ਫਰੈਂਡ ਹੈਗਾ ਜਿਹੜਾ, ਮਤਲਬ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਟੋਟਲ ਕਿੰਨੇ ਬੰਦੇ ਇਨਵੋਲਵ ਹੈ ਉੱਥੇ। ਦੂਜੇ ਪਾਸੇ ਜਿਹੜਾ ਹੈਗਾ ਉਹ ਬੰਦਾ ਹੈ, ਉਹਦੀ ਵਾਈਫ ਨਾਲ ਸੀ ਔਰ ਉਹਦੀ ਵਾਈਫ ਨੇ ਵੀ ਉਹਨੂੰ ਵੀ ਫੋਨ ਆਇਆ ਕਿ ਇਹਨੂੰ ਵੇਚ। ਸੋ ਦਿਸ ਵਾਜ਼ ਦਾ ਹੈ, ਬਾਕੀ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ। ਜੈਸੇ ਜੈਸੇ ਇਨਵੈਸਟੀਗੇਸ਼ਨ ਪ੍ਰੋਸੀਡ ਕਰੇਗੀ ਅਸੀਂ ਤੁਹਾਨੂੰ ਦੱਸਾਂਗੇ। ਹਾਂਜੀ, ਵੀ ਹੈਵ ਅਰੈਸਟਡ ਲਖਵੀਰ, ਹੈ ਨਾ, ਜਿਹੜਾ ਬੰਦਾ ਮੇਨ ਹੈਗਾ ਫਿਲਹਾਲ ਉਹਦੀ ਅਰੈਸਟ ਹੈ। ਬਾਕੀ ਫਰਦਰ ਡਿਟੇਲਸ ਵੀ ਲੈਟ ਯੂ ਨੋ।